बिस्मिल्लाह ला रन रही पी एफ़ प्राइज बॉन्ड पर आने वालों को खुश आमदीदीद करता हूँ सब भाई खैरियत से होंगे जुआ पर्ची खेलना कानूनी जुर्म है लहजे नंबरों के प्राइज़ बॉन्ड खरीदे मुल्क की मैशियत को बेहतर बनाए आप भी खुशहाल हुकूमत भी खुशहाल तो भाई मेरे बात करते हैं पंद्रह सौ बॉन्ड चरावल रावल पिंडी का ड्राया सोलह पांच सन दो हजार बई को कुरानंदाजी होने वाली है तो भाई अपने भाइयों वास्ते बहुत ही ज़बरदस्त रुटीन ले कर आया मैं बड़ी ज़बरदस्त रूटीन है भाई इन शह डोडा दिल खुश हो ਕਿ ਤੁਹਾਡੇ ਪੈਈ ਦੀ ਚਾਲ ਵੇਖ ਤੇ ਤੁਹਾਡਾ ਦਿਲ ਖੁਸ਼ ਹੋਵੇਗਾ ਇਨਸ਼ਾਅੱਲਾ ਅੱਲਾ ਦੁਖਮ ਨਾਰਾ। ਤੋਂ ਭਾਈ ਮੇਰੇ ਰੂਟੀਨ ਹੈ ਮੇਰੇ ਕੋਲੇ ਸਿੰਗਲ ਆਕੜੇ ਦੀ। ਔਰ ਤਿੰਨ ਚਾਰ ਚਾਲਾਂ ਨਾਲ ਮੈਚ ਕਰਕੇ ਸਿੰਗਲ ਆਕੜਾ ਦੇ ਪਈਆਂ ਨੂੰ ਦੇਣਾ ਚਾਹਨਾ। ਤੋਂ ਭਾਈ ਮੇਰੇ ਚਲਦੇ ਆਪਾਂ ਰੂਟੀਨ ਦੀ ਤਰਫ ਚਾਲ ਦੀ ਤਰਫ ਚਾਲ ਇਸ ਤਰ੍ਹਾਂ ਹੈ। ਸਭ ਤੋਂ ਪਹਿਲੇ ਤਾਂ ਭਾਈ ਮੈਂ 14 ਦਿਨ ਪਹਿਲੇ ਰਾਤ ਨੂੰ 14 ਦਿਨ ਪਹਿਲੇ ਦੀ ਮੈਂ ਇੱਕ ਵੀਡੀਓ ਛੱਡੀ ਸੀ। ਨੈਟ ਦਿੱਤੀ ਸੀ ਭਾਈ ਅਪਲੋਡ ਕੀਤੀ ਸੀ। ਤੋਂੰਦੇ ਚ ਦੱਸਿਆ ਸੀ ਕਿ 14 ਦਿਨ ਰਾ ਦੇ ਪੈ ਨੇ ਚਾਰ ਆਕੜੇ ਦਿੱਤੇ ਸਨ। the method ਇਹ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਮੈਂ ਸਿੰਗਲ ਆਕੜਾ ਆਦੇ ਪਾਈਆਂ ਨੂੰ ਕਰਕੇ ਦੇਵਾਂਗਾ ਸਿੰਗਲ ਆਕੜਾ ਉਹਨਾਂ ਚੋ ਸਿੰਗਲ ਆਕੜਾ ਮੈਂ ਆਦੇ ਪਾਈਆਂ ਦੇਣਾ ਹੈ ਤਾਂ ਭਾਈ ਮੇਰੇ ਸਭ ਤੋਂ ਪਹਿਲੇ ਦਾ ਪਚਲ ਨੇ ਜਮਾ ਵੱਲੇ ਐ 17 ਦੀ ਬੈਕ 1500 ਪਾਉਂਡ ਦੇ ਵਿੱਚ ਪਹਿਲੀ ਵਾਰੀ ਪਾਈ ਲੱਗੀ 34 17 ਪੰਗੋੜਾ ਲੱਗਿਆ ਸੀ 34 17 ਦਾ ਐ 17 ਦੀ ਬੈਕ ਜਦੋਂ ਲੱਗ ਜਾਂਦੀ ਏ ਇਹਦੇ ਸਨੇ 4 ਡਰਾ ਥੱਲੇ ਖੇਣਾ ਸੀ 23 ਦਾ ਆਕੜਾ ਲੱਗ ਗਿਆ ਜਮਾ 5 ਵਿੱਚ ਗੌਰ ਕਰਨਾ ਪਈ ਤਵਜੂ ਕਰਨੀ ਹੈ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਚਾਲ ਵੇਖ ਕੇ ਫਿਰ ਭਾਈ ਮੇਰੇ 15 17 ਦਾ ਪੰਗੂੜਾ ਲੱਗਿਆ ਇਹ 7 ਤੋਂ 4 ਦਾ ਥੱਲੇ ਆਣਾ ਸੀ ਜਮਾ 6 ਚ ਆਕੜਾ ਲੱਗਿਆ ਪਹਿਲੇ 5 ਚ ਲੱਗਿਆ 23 ਦਾ ਫਿਰ 60 ਦਾ ਆਕੜਾ 6 ਜਮਾ ਚ ਲੱਗਿਆ ਇਹ ਫਿਰ ਥੱਲੇ 17 ਖਲੀ ਸੀ ਥੱਲੇ ਪੜਾ ਰਾ ਕਰਨਾ ਸੀ ਭਾਈ ਮੇਰੇ ਜਮਾ 7 ਚ ਆਕੜਾ ਲੱਗਿਆ 5 6 7 ਹੁਣ ਜਦੋਂ 17 ਆਵੇਗੀ ਭਾਈ ਮੇਰੇ ਜਮਾ 8 ਚ ਆਕੜਾ ਲਾਵੇਗਾ ਫਿਰ ਭਾਈ ਮੇਰੇ 17 ਆਈਏ ਉਸ ਤੋਂ ਬਾਅਦ ਹਾਂ ਸੋਰੀ ਭਾਈ ਐਸ ਤਾਰਾ ਇਹ ਇਹ ਚਾਰ ਦਾ ਥੱਲੇ ਪਾਇੰਦੇ ਸਨੇ ਚਾਰ ਦਾ ਥੱਲੇ ਖੇਡਣਾ ਸੀ ਇਹ ਅੱਠ ਜਮਾ ਲੱਗ ਗਈ ਪਹਿਲੇ 5 ਫਿਰ 6 ਫਿਰ 7 ਫਿਰ 8 ਅੱਜ ਭਾਈ ਜੀ ਇਹ 17 ਆਈ ਖਲੀ ਇਹ ਕਹਿੰਦੀ ਕਿ ਮੈਂ ਕੱਲੀ ਜਮਾ 9 ਚਾਕੜਾ ਖੋਲਣਾ ਇਥੇ 1 2 3 ਤੇ ਚੌਥੇ ਹੱਥ ਆਪਾਂ ਖੇਡਣਾ ਭਾਈ ਮੇਰੇ ਇਹ ਕਹਿੰਦਾ ਕਿ ਕੱਲੀ 9 ਜਮਾ ਲੱਗੇ 9 ਜਮਾ ਜਮੈਂ ਆਕੜਾ ਲਾਣਾ ਭਾਈ ਮੇਰੇ ਚੱਲਣਾ ਭਾਈ ਮੇਰੇ ਰੁਟੀਨ ਓਪਨ ਦੀ ਰੁਟੀਨ ਵੱਲੇ ਆ ਭਾਈ ਮੇਰੇ ਸਭ ਤੋਂ ਪਹਿਲੇ 라ਵਲਪਿੰਡੀ ਦਾ ਡਰਾਇਰ 라ਵਲਪਿੰਡੀ ਟੂ 라ਵਲਪਿੰਡੀ ਦਾ 1500 ਬਾਂਡ ਚ ਜਿੰਨੀ ਵਾਰੀ 라ਵਲਪਿੰਡੀ ਲੱਗਿਆ ਹੈ ਐ ਭਾਈ ਜਮੈਂ ਦੀ 7 ਸੀ 7 ਦੀ ਬਾਕੀ ਬਾਹਰ ਕੱਢ ਲੈਣੀ ਹੈ 7 ਤੋਂ 2 ਫਿੰਗਰ ਕਟਾ ਲੈਣੇ ਨੇ ਇਹ ਕਲੀਚ ਸੀ ਭਾਈ ਮੇਰੇ ਦੋਵੇਂ ਫਿੰਗਰ ਕਲੀਚ ਲੱਗਦਾ ਤਾਂ ਐਈ ਭਾਈ ਲਗਣਾ ਸੀ 3 5 ਚੋਂ 3 5 ਚੋਂ ਲਗਣਾ ਸੀ ਕਲੀਚ ਲੱਗਦਾ ਤਾਂ ਵਰਨਾ ਜੋਟ ਵਿੱਚ ਓਪਨ ਸੀ ਫਿਰ ਭਾਈ ਮੇਰੇ ਐਂਦੀ ਜਮਾ ਸੀ ਜਾਂ ਪਿਛਲੇ ਅਕੜੇ ਦੀ ਬੈਕ ਅਕੜੇ ਦੀ ਜਮਾ ਸੀ ਭਾਈ 4 4 ਦੀ ਬਾਕੀ 6 ਤੇ 4 ਤੋਂ 2 ਫਿੰਗਰ ਘਟਾ ਲਿਆ ਅਗਰ ਜੋੜਚੇ ਲੱਗ ਜੋੜਚੇ ਲੱਗਦਾ ਤਾਂ ਭਾਈ 6 2 ਸੀ ਵਰਨਾ ਕਲੀ ਚੋਪਣ ਸੀ ਜੋੜ ਤਾਂ ਓਪਨ ਲੱਗ ਗਿਆ ਭਾਈ ਮੇਰੇ ਇਹ ਤੌਰ ਤੱਕ ਚਾਲ ਭਾਈ ਚਲਦੀ ਪਈ ਏ ਇਹ ਤੌਰ ਤੱਕ ਚਲਦੀ ਪਈ ਐਂਦੀ ਜਮਾ ਅਜ 4 ਏ ਤੇ ਐਂਦੀ ਬਾਕੀ 6 ਇਹਦੇ ਤੋਂ 2 ਫਿੰਗਰ ਘਟਾਏ ਦੋ 6 2 ਦਾ ਜੋੜ ਚੋ ਓਪਨ ਹੈ ਵਰਨਾ ਕਲੀ ਚੋਪਣ ਹੈ ਤਵੱਜੂ ਕਰਨੀ ਪਈ ਗੌਰ ਕਰਨੇ ਹੈ ਇਹ ਦੂਸਰੀ ਚਾਲ ਹੈ ਭਾਈ ਮੇਰੇ ਓਪਨ ਦੀ ਐਚ 4 ਅਗਰ ਜੋੜਚੇ ਲੱਗਦਾ ਤਾਂ ਕੱਲਾ 4 ਸੀ ਵਰਨਾ ਕਲੀਚ ਓਪਨ ਕਲੀਚ ਲੱਗਦਾ ਤਾਂ ਕੱਲਾ 1 ਸੀ ਵਰਨਾ ਜੋੜਚ ਓਪਨ ਕਲੀਚ ਲੱਗਦਾ ਤਾਂ ਕੱਲਾ 3 ਸੀ ਵਰਨਾ ਜੋੜਚ ਓਪਨ ਕਲੀਚ ਲੱਗ ਜੋੜਚੇ ਲੱਗਦਾ ਤਾਂ ਕੱਲਾ 6 ਸੀ ਵਰਨਾ ਕਲੀਚ ਓਪਨ ਕਲੀਚ ਲੱਗਦਾ ਤਾਂ ਕੱਲਾ 9 ਸੀ ਵਰਨਾ ਜੋੜਚ ਓਪਨ ਕਲੀਚ ਲੱਗਦਾ ਤਾਂ ਕੱਲਾ 3 ਸੀ ਵਰਨਾ ਜੋੜਚ ਓਪਨ ਤਿੰਨ ਦਾ ਲੱਗਿਆ ਭਾਈ ਮੇਰੇ ਜੋੜਚਾ ਲੱਗਦਾ ਤਾਂ ਕੱਲਾ 4 ਸੀ ਵਰਨਾ ਕਲੀਚ 54 ਅੱਜ ਕਹਿੰਦਾ ਕਿ ਕਲੀਚ ਲੱਗੇ ਤਾਂ ਕੱਲਾ 3 ਨੇ ਵਰਨਾ ਜੋੜਚਾ 54 ਨੇ ਇਹਦੀ ਤਰੀਕਾ ਕਰੀਏ ਭਾਈ ਮੇਰੇ ਇਹ ਪੂਰੇ ਪੰਗੂੜਿਆਂ ਨੂੰ ਜਮ੍ਹਾਂ ਕਰ ਲੈਣਾ ਚਾਰਾਂ ਫਿੰਗਰਾਂ ਨੂੰ ਜਮ੍ਹਾਂ ਕਰ ਲੈਣਾ ਪਈ ਮੇਰੇ ਇਹਦੀ ਦੋ ਜਮ੍ਹਾਂ ਇਹਦੀ ਸੱਤ 7 2 ਨੌ ਜਮ੍ਹਾਂ ਹੋ ਗਈ ਨੌ ਦਾ ਕਰ-ਬਾਰ ਕਰ ਲੈਣਾ ਚਾਰ ਅਗਰ ਜੋੜਚਾ ਲੱਗਦਾ ਤਾਂ 4 ਸੀ ਵਰਨਾ ਕਲੀਚ 54 ਸੀ ਇਹ ਤੁਸੀਂ ਆਪ ਬਕਾਇਆ ਚੈੱਕ ਕਰ ਲੈਣਾ ਭਾਈ ਮੇਰੇ ਇਹ ਤੌਰ ਤੱਕ ਲੱਗਦਾ ਪਿਆ ਇੱਧਰ ਕਹਿੰਦਾ ਕਿ ਜੋੜਚੇ ਲੱਗੇ ਤਾਂ 6 2 ਇੱਧਰ ਕਹਿੰਦਾ ਕਲੀਚ ਲੱਗੇ ਤਾਂ ਕੱਲਾ ਤਿੰਨ ਗੌਰ ਕਰਨਾ ਭਾਈ ਮੇਰੇ 6 2 ਤੇ ਤੇਨ ਚ ਲੱਗੇ ਤਾਂ ਕੱਲਾ ਹੀ ਹੈ ਭਾਈ ਜੀ ਉਤੋਂ ਆ ਜਾਓ ਭਾਈ ਜੀ ਐ ਸੱਤਾ ਫਿੰਗਰ ਪਹਿਲੀ ਵਾਰੀ 1552 ਚ ਜਿੰਨੀ ਵਾਰੀ ਵੀ ਸੱਤਾ ਲੱਗ ਗਿਆ ਭਾਈ ਮੇਰੇ ਓਪਨ ਇੱਕ ਡਰਾ ਛੱਡ ਕੇ ਥੱਲੇ ਪਾ ਖੇਡਣਾ ਸੀ ਐ ਸੱਤਾ ਲੱਗਿਆ ਭਾਈ ਮੇਰੇ ਇੱਕ ਡਰਾ ਛੱਡ ਕੇ ਥੱਲੇ ਪਾ ਖੇਡਣਾ ਸੀ ਐ 43 73 ਲੱਗੇ ਜੇ ਵੇਖ ਲਓ ਭਾਈ ਮੇਰੇ ਫਿਰ ਐ ਸੱਤਾ ਲੱਗਿਆ ਇੱਕ ਡਰਾ ਛੱਡ ਕੇ ਥੱਲੇ ਖੇਡਣਾ ਸੀ 9988 ਲੱਗੀ ਜੇ ਇਹ ਸਾਰੇ ਜਿੰਨੇ ਵੀ 7 1500 ਬਾਂਡ ਦੇ ਵਿੱਚ ਓਪਨ ਲੱਗੇ ਨੇ ਉਦੋਂ ਦੀ ਚਾਲ ਹੈ ਪਈ ਮੇਰੇ ਪਈ ਮੇਰੇ ਉਧਰ ਤਾਂ ਆਪਣੇ ਕੋਲੇ ਇੱਕ ਤਾਂ ਹੈਗੀ ਏ ਜਮਾ 9 ਦੀ ਇੱਕ ਆਪਣੇ ਕੋਲੇ ਭਈ ਮੇਰੇ ਓਪਨ ਹੈਗੇ ਨੇ ਓਪਨ ਹੈਗੇ ਨੇ ਭਾਈ ਜੀ ਜੋਰ ਚ ਲੱਗੇ ਤੇ 6 ਤੋਂ ਵਰਨਾ ਕਲਿਚ ਓਪਨ ਹੈ ਠੀਕ ਹੋਗਾ ਭਾਈ ਮੇਰੇ ਜਮਾ ਆਪਣੇ ਕੋਲ ਨੋ ਦੀਏ ਉਸ ਬਾਅਦ ਭਾਈ ਮੇਰੇ ਸੱਤਾ ਜਦੋਂ ਲੱਗ ਜਾਵੇ ਕਿਡਨਾ ਥੱਲੇ ਪੱਖੇ ਨਾ ਸੀ 43 ਲੱਗੀ ਪਈ ਮੇਰੇ 3 8 ਤੇ 4 9 ਤੋਂ ਬਗੈਰ ਡਰਾ ਨਹੀਂ ਸੀ ਜਦੋਂ ਸੱਤਾ ਲੱਗ ਜਾਵੇ ਕਿਡਨਾ ਥੱਲੇ ਖੇੜਨਾ ਹੋਵੇ 14ਵੇਂ ਹੱਥੇ ਚਾਲ ਪਈ ਭਾਈ ਮੇਰੇ ਐ ਭਾਈ ਜੀ 3 ਲੱਗ ਗਿਆ 8 ਲੱਗ ਗਿਆ 9 ਵੀ ਲੱਗ ਗਿਆ ਐ 3 ਲੱਗ ਗਿਆ ਐ 9 ਲੱਗ ਗਿਆ 4 9 3 8 ਤੋਂ ਬਗੈਰ ਡਰਾ ਨਹੀਂ ਹੈਗਾ ਭਾਈ ਮੇਰੇ ਐ ਭਾਈ ਮੇਰੇ 9 ਲੱਗ ਗਿਆ ਇਹ 9 ਵੀ ਲੱਗ ਗਿਆ 8 ਵੀ 8 ਲੱਗ ਗਿਆ ਫਿਰ 8 ਲੱਗ ਗਿਆ 4 ਲੱਗ ਗਿਆ ਇਹ 3 ਲੱਗ ਗਿਆ ਇਹ 3 8 ਦੋਵੇਂ ਲੱਗ ਗਿਆ ਇਧਰ ਆ ਗਏ ਭਾਈ ਜੀ ਇਹ ਚੌਥੀ ਲੱਗ ਗਈ ਇਹ 41 ਲੱਗ ਗਈ 98 ਲੱਗ ਗਈ ਇਹਦਾ ਤਰੀਕਾ ਕਰੀ ਭਾਈ ਇੱਕ ਹੋਰ ਵੀ ਹੈ ਆਦੇ ਭਾਈਆਂ ਨੂੰ ਸਮਝਾ ਦਮ ਇਹਦਾ ਤਰੀਕਾ ਕਰੀ ਹੋਰ ਵੀ ਹੈ ਇਹ ਕਹਿੰਦਾ ਕਿ ਇੱਕ 6 ਤੇ 05 ਦਾ ਮੈਂ ਓਪਨ ਵੀ ਨਹੀਂ ਲਾਣਾ 14ਵੇਂ ਹੱਥੇ ਚਾਲ ਭਾਈ 1 6 ਤੇ 05 ਦਾ ਓਪਨ ਬੰਦ ਹੈਗਾ ਜੇ ਇਹ ਕਹਿੰਦਾ ਕਿ ਮੈਂ ਓਪਨ ਨਹੀਂ ਲਾਣਾ ਤਾਂ ਭਾਈ ਮਰੇ ਚਲਦੇ ਆਪਾਂ दूसरी चाल वाले ये तलक ने अपने भाई जी ये लिख लैने ऐ भाई मेरे तलक है तीन अट्ठ चार नौ है भाई मेरे तलक ने अपने ओपन ने कल चल लगे किन्ह जोड़ लगे छे चार है यह अपने को तलक है जमा कल अपने को नौ दिए है भाई मेरे ਮੁਜ਼ਫਰਾਬਾਦ ਸ਼ਹਿਰ ਜਿੰਨੀ ਵਾਰੀ ਵੀ ਲੱਗਿਆ ਭਾਈ ਮੇਰੇ 1500 ਬਾਂਡ ਚ 1500 ਬਾਂਡ ਚ ਜਿੰਨੀ ਵਾਰੀ ਵੀ ਮੁਜ਼ਫਰਾਬਾਦ ਲੱਗਿਆ ਜੇ ਇਹ ਉਦੋਂ ਦੀ ਚਾਲ ਹੈ ਭਾਈ ਮੇਰੇ ਸਭ ਤੋਂ ਪਹਿਲੇ ਭਾਈ ਮੇਰੇ ਇਸ ਤੂਤਾ ਵੀ ਲੱਗਿਆ ਤੁਸੀਂ ਚੈੱਕ ਕਰ ਲਿਆ ਜੇ ਇਹ ਮੁਜ਼ਫਰਾਬਾਦ ਲੱਗਿਆ ਭਾਈ ਮੇਰੇ ਇਹ ਮੁਜ਼ਫਰਾਬਾਦ ਲੱਗਿਆ ਇਸ ਤੂਤਾ ਵੀ ਭਾਈ ਲੱਗਿਆ ਇਹ ਲੱਗਿਆ ਮੁਜ਼ਫਰਾਬਾਦ ਇਹ ਬੈਸੀ ਦਾ ਬ੍ਰੋਕਰ ਇੰਦਾ ਇਹ ਭਾਈ ਮੈਂ ਤੁਹਾਨੂੰ ਇਹ ਸਾਰੇ ਮੈਂ ਮੁਜ਼ਫਰਾਬਾਦ ਜਿੰਨੇ ਵੀ ਲੱਗੇ ਨੇ ਇਹਨੇ ਥੱਲੇ ਡਰਾ ਕੀ ਦਿੱਤਾ ਹੈ ਆਦੇ ਥੱਲੇ ਇਹਨੇ ਡਰਾ ਕੀ ਦਿੱਤਾ ਕਿਵੇਂ ਮਸਲਨ ਕਿ ਅੱਜ ਇਹ ਲੱਗਿਆ ਖਲਾ ਇਹ 98 ਦਿਨ ਦੀ ਬੈਕ ਇਹਨੇ ਥੱਲੇ ਕੀ ਦੇਣਾ ਇਹ ਮਾਤੇ ਭਾਈਆਂ ਨੂੰ ਸਮਝਾਣਾ ਸਭ ਤੋਂ ਪਹਿਲੇ ਭਾਈ ਮੇਰੇ ਨਾ ਐ ਮੁਜ਼ਫਰਾਬਾਦ ਲੱਗਿਆ ਐਂਦਾ ਸੀ ਬ੍ਰੋਕਰ 82 ਭਾਈ ਮੇਰੇ 82 ਦਾ ਬ੍ਰੋਕਰ ਸੀ ਇਹ 82 ਦਾ ਜਿਹੜਾ ਅੱਠਾ ਨਾ ਪੰਜਵਾਂ ਫਿੰਗਰੇ ਬਾਹਰ ਕੱਢ ਲਿਆ ਤੈਂਦਾ ਮੈਂ ਘਰ ਬਾਹਰ ਕੱਢ ਲਿਆ ਇਹ ਦੋ ਦਾ ਘਰ ਕੱਢ ਲਿਆ ਤੇ ਇਹ ਠਾਪ ਕੱਢ ਲਿਆ ਇਹ 6 ਕੱਢ ਲਿਆ ਤੇ ਇਹ 6 ਦਾ ਪੰਜ ਦਾ ਘਰ ਕੱਢ ਲਿਆ ਇੱਕ ਕੱਢ ਲਿਆ ਤੇ ਇਹ 4 ਦਾ ਘਰ ਕੱਢ ਲਿਆ ਇਹ 9 ਕੱਢ ਲਿਆ ਤੇ ਇਹ 9 ਦਾ ਘਰ ਕੱਢ ਲਿਆ ਇਸੇ ਤਰੀਕੇ ਨਾਲ ਭਾਈ ਮੇਰੇ ਜਦੋਂ ਪਹਿਲੀ ਵਾਰੀ ਲੱਗਾ ਭਾਈ ਮੇਰੇ 6 8 7 ਤੋਂ ਬਗੈਰ ਅਗੇ ਡਰਾ ਨਹੀਂ ਸੀ ਇਹ ਪਹਿਲੀ ਵਾਰੀ ਆਨੇ ਪੰਜਵਾਂ ਫਿੰਗਰ ਚੱਕਿਆ ਨਹੀਂ ਤਾਂ ਭਾਈ ਮੇਰੇ ਜਿਹੜਾ ਇਸ 5 ਦਾ ਘਰ ਹੈ ਨਾ ਇਹ ਇੱਕਲਾ ਡਰਾ ਵੇਸੀ ਫਿਰ ਇਹ ਇਕੱਲਾ ਡਰਾ ਵੇਸੀ ਫਿਰ ਇਹ ਇਕੱਲਾ ਡਰਾ ਵੇਸੀ ਭਾਈ ਮੇਰੇ ਮੁਜ਼ਫਰਾਬਾਦ ਜਿੰਨੀ ਵਾਰੀ ਵਾਇਆ ਫੇਰਾ ਸੱਤਾ ਇਕੱਲਾ ਡਰਾ ਵੇਸੀ ਅੱਜ ਕਹਿੰਦਾ ਕਿ ਇਕੱਲਾ ਤੀਕਾ ਮੈਂ ਡਰਾ ਚ ਦੇਣਾ ਹੈ ਇਹ ਕਹਿੰਦਾ ਕਿ ਮੈਂ ਕੱਲਾ ਤੀਕਾ ਡਰਾਚ ਦੇਣਾ ਹੈ ਭਾਈ ਮੇਰੇ ਇਹ 3 9 ਹੀ ਸਮਝ ਲਓ ਵੀ ਇਹ ਇਹ ਲੱਗੇ ਤਾਂ ਪਹਿਲੇ ਜਿਵੇਂ ਕਿ 8 ਲੱਗਿਆ ਹੈ ਇਹ 9 ਵੀ ਲੱਗ ਸਕਦਾ ਹੈ ਇਹ 9 3 ਨਹੀਂ ਭਾਈ ਇਹ ਤਲਕੇ ਵੀ ਇਹ ਭਾਈ ਜੀ ਤਲਕ ਹੋ ਗਿਆ ਆਪਣੇ ਕੋਲੇ 9 3 ਦਾ ਇਹ ਤਲਕ ਅਲੱਗ ਹੈਗਾ ਹੈ ਸਿੰਗਲ ਆਕੜੇ ਦੀ ਪਈਆਂ ਨਾਲ ਗੱਲ ਕੀਤੀ ਹੈ ਇਹ ਭਾਈ ਮੈਂ ਤੁਹਾਨੂੰ ਚਾਲ ਦੇ ਕੇ ਆਇਆ ਜਦੋਂ ਵੀ ਇਹ 15000 ਦੇ ਵਿੱਚ ਜਦੋਂ ਵੀ ਚੌਕਾ ਲੱਗ ਜਾਵੇ ਕਾਫੀ ਦਫਾ ਲੱਗਿਆ 10ਵੇਂ 11ਵੇਂ ਹੱਥ ਤੇ ਚਾਲ ਹੈ ਭਾਈ ਮੇਰੇ ਇਹ 15000 ਦੇ ਵਿੱਚ ਚੌਕਾ ਲੱਗਾ ਭਾਈ ਮੇਰੇ ਇਹਦੇ ਆਪਾਂ ਸੇਮ ਡੇਟ ਤੇ ਜਾਣਾ ਹੈ ਇਹ ਚੌਥੀ 54 ਲੱਗੀ ਇਹ ਚਾਰ ਦਾ ਫਿੰਗਰ ਸੇਮ ਡੇਟ ਤੇ ਸੌਰੀ ਭਾਈ ਇਹ ਚੌਕੇ ਦੇ ਸਾਹਮਣੇ ਆਣਾ 15000 ਪਾਉਂਡ ਵਿੱਚ 1500 ਪਾਉਂਡ ਵਿੱਚ ਇਹ ਜਿਹੜਾ ਚੌਥਾ ਫਿੰਗਰ ਹੈ ਇਹਨੇ ਸੇਮ ਡੇਟ ਤੇ ਇਹ ਤੇ ਦਾ ਘਰ ਇੱਥੇ ਲੱਗਣਾ ਸੀ ਇਹ ਮੈਂ ਲਿਖੀ ਚਾਲ ਭਾਈ ਮੇਰੇ ਮੈਂ ਤੁਹਾਨੂੰ ਬਖਾ ਕੇ ਆਇਆ ਪਿਛਲੀ ਵੀਡੀਓ ਦੇ ਵਿੱਚ ਇਹ ਕਹਿੰਦਾ ਕਿ ਨਾ ਅੱਜ ਇਹ ਖਲਾ ਸਾਰੇ ਚੋਕੇ ਲਾਤੇ ਆ ਦੋ ਦੋ ਫਿੰਗਰਾਂ ਦੇ ਵਿੱਚੋਂ ਤੱਲਕ ਲਾਉਂਦਾ ਆਂਦਾ ਇਹ ਕਹਿੰਦਾ ਕਿ ਇੱਕ 6 ਤੋਂ ਬਗੈਰ ਡਰਾ ਨਹੀਂਦਾ ਤੇ ਜਿਹੜਾ 7 ਥੱਲੇ ਪੱਖੇ ਨਾਲ 7 7 ਕਹਿੰਦਾ ਕਿ ਮੈਂ 1 6 ਤੇ 0 5 ਦਾ ਓਪਨ ਦੇਣਾ ਹੀ ਨਹੀਂ ਮੈਂ ਓਪਨ ਨਹੀਂ ਦੇਣਾ ਕਲੋਜ਼ ਲੱਗਦਾ ਤਾਂ ਲੱਗ ਜਾਵੇ ਓਪਨ ਨਹੀਂ ਦੇਣਾ ਤਾਂ ਭਾਈ ਮੇਰੇ ਇੱਕ ਆਪਣੇ ਕੋਲੇ ਇਹ ਤੱਲਕ ਹੈਗਾ ਇਹ ਕ ਆਪਣੇ ਕੋਲੇ ਭਾਈ ਜੀ 1 6 ਦਾ ਤੱਲਕ ਹੈ ਉਧਰ ਪਈ ਜੀ ਇਹ ਓਪਨ ਕਹਿ ਰਿਹਾ ਹੈ ਕਿ 6 ਚ ਲੱਗੇ ਇਹ 3 ਕਹਿ ਰਿਹਾ ਮੈਂ ਕੱਲਾ ਅਕੜੇ ਚ ਲੱਗਣਾ ਹੈ ਇਹ ਕਹਿੰਦਾ ਕਿ ਤਲਕ ਵੀ ਮੈਂ ਲੱਗਣਾ ਹੈ ਤਾਂ ਭਾਈ ਮੇਰੇ ਆਪਣੇ ਕੋਲੇ ਕਲੀ ਚ ਲੱਗੇ ਤਕੱਲਾ 3 ਦਾ ਓਪਨ ਹੈ 6 ਦਾ ਫਿੰਗਰ ਵੈਸੇ ਹੀ ਆਪਣੇ ਕੋਲੇ ਬੰਦ ਹੈਗਾ ਭਾਈ 7 ਜਦੋਂ ਥੱਲੇ ਲੱਗ ਜਾਵੇ 7 ਕਹਿੰਦਾ ਕਿ ਮੈਂ 6 ਦਾ ਓਪਨ ਦੇਣਾ ਹੀ ਨਹੀਂ 6 1 ਤੇ 0 5 ਦਾ ਓਪਨ ਬੰਦ ਦੇ ਤਾਂ ਭਾਈ ਮੇਰੇ ਮੈਂ ਸਾਰੀਆਂ ਚਾਲਾਂ ਮੈਚ ਕਰਕੇ ਇੱਕ ਲੱਖ 36 ਦਾ ਅਕੜਾ ਆਦੇ ਪਾਈਆਂ ਨੂੰ ਦਿੰਦਾ ਪਿਆ ਇੱਕ ਲੱਖ 36 ਦਾ ਅਕੜਾ ਇਨਸ਼ਾਅੱਲਾ ਅੱਲਾ ਪਾਕ ਨੇ ਚਾਹਿਆ ਤਾਂ ਕੱਲਾ 36 ਦਾ ਅਕੜਾ ਲੱਗਣਾ ਹੈ ਐ ਭਾਈ ਮੇਰੇ ਕੋਲ ਇਹ ਜਮ ਹੈਗੀਆਂ ਨੇ ਮਿਡਲ ਆਕੜੇ ਦੀ ਇਹ ਜਮ ਹੈ ਇਹਨਾਂ ਨਾਲ ਭਾਈ ਮੇਰੇ ਪੈਕੇਟ ਬਣਾ ਲੈ ਜੇ ਇਹ ਮਿਡਲ ਆਕੜੇ ਦੀ ਜਮ ਹੈ ਸੰ 2000 ਤੋਂ ਨਾਨ ਬ੍ਰੇਕ ਐ 7 ਦੇ ਹਵਾਲੇ ਨਾਲ ਹੀ 7 ਦੇ ਹਵਾਲੇ ਨਾਲ ਪਾਈ ਮੇਰੇ ਮਿਡਲ ਆਕੜੇ ਦੀ ਜਮ ਹੈਗੀ ਜੇ ਇੱਕ ਜਮਾ ਲੱਗੀ 8 ਲੱਗੀ ਆ 7 ਲੱਗੀ ਆ ਫਿਰ 3 ਲੱਗੀ ਆ 1 ਲੱਗੀ 7 ਲੱਗੀ 1 ਲੱਗੀ 1 3 8 ਇਹ 3 ਲੱਗੀ 8 ਲੱਗੀ 8 ਲੱਗੀ ਭਾਈ ਮੇਰੇ ਇਹ ਮਿਡਲ ਆਕੜੇ ਦੀ ਜਮਾ ਅੱਜ ਤਿੱਕਰ ਨਾਨ ਬ੍ਰੇਕ ਇਸਨ 2200 ਲੱਗਤੇ ਹੈ ਜੇ ਤਿੱਕਣ 1500 ਬੌਂਡ ਕਹਿ ਰਿਹਾ ਹੈ ਕਿ ਮੈਂ ਮਿਡਲ ਆਕੜੇ ਦੀ ਜਮਾ ਲਾਣੀ ਹੈ ਤੇ ਪੈਕੇਟ ਬਣਾ ਦੇਵਾ ਭਾਈ ਮੇਰਿਆ ਨੂੰ ਕੱਲੀ ਚ ਲੱਗੇ ਤਾਂ ਤਿੰਨ ਦਾ ਕੱਲਾ ਸਫਾ ਠੀਕ ਹੋਗਾ ਭਾਈ ਮੇਰੇ ਇਹਦੇ ਚ ਵੀ ਤਲਕ ਲੱਗਣਾ ਹੈ ਜਮਾ ਕੱਲੀ ਨਾ ਲਗਣੀ ਹੈ ਕੱਲਾ 3 ਦਾ ਫਿੰਗਰ ਹੈ ਕਲੀ ਚ ਲੱਗੇ ਤਾਂ ਆਪਾਂ 9 ਨੂੰ ਨਾਲ ਨਹੀਂ ਰੱਖ ਸਕਦੇ ਇਸ ਤਰ੍ਹਾਂ ਕਨੇ 9 ਦਾ ਪਈ ਮੇਰੇ ਜਦੋਂ ਲਗਣਾ ਹੀ ਕਲੀ ਚ ਲੱਗਣਾ ਤਾਂ 3 ਦਾ ਕੱਲਾ ਫਿੰਗਰ ਹੈਗਾ ਤਾਂ ਭਾਈ ਮੇਰੇ ਕੱਲਾ 36 ਦਾ ਆਕੜਾ ਹੈਗਾ ਅਗਰ ਮੇਰੇ ਭਾਈਆਂ ਨੂੰ ਅੱਛਾ ਲੱਗੇ ਪਸੰਦ ਆਵੇ ਤਾਂ ਲਾਈਕ ਕਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਇਹ ਮਿਡਲ ਆਕੜੇ ਦੀ ਜਮਾ ਪਈ ਮੇਰੇ ਮੈਂ ਇਹਦੇ ਭਾਈਆਂ ਨੂੰ ਪੈਟਾ ਵੀ ਬਣਾ ਦੇਵਾਂ ਇਹ 36 ਦਾ ਆਕੜਾ ਭਾਈ ਮੇਰੇ 7 ਜਮਾ ਚ ਇੱਕ ਦਾ ਸੈਂਟਰ 7 ਜਮਾ ਜਮਾ ਲੱਗੀ ਭਾਈ ਮੇਰੇ ਫਿਰ 8 ਜਮਾ ਚ ਇਹ 2 ਦਾ ਸੈਂਟਰ ਫਿਰ ਭਾਈ ਮੇਰੇ 3 ਜਮਾ ਦੇ ਵਿੱਚ 36 6 ਦੇ ਪੈਕੇਟ ਇਹ ਮਿਡਲ ਆਕੜੇ ਦੀ ਜਮਾ ਪਈ ਮੇਰੇ 7 ਜਮਾ ਵੀ ਲਾ ਲਈ 8 ਵੀ ਲਾ ਲਈ 1 ਵੀ ਲਾ ਲਈ 3 ਜਮਾ ਵੀ ਲਾ ਲਈ ਬਾਕੀ ਰਹਿ ਗਈ 8 8 ਜਮਾ ਭਾਈ ਮੇਰੇ 8 ਜਮਾ ਵੀ ਲਾ ਲਈ ਭਾਈ ਮੇਰੇ 7 ਵੀ ਲਾ ਲਈਏ 3 ਵੀ ਲਾ ਲਈਏ 1 ਜਮਾ ਰਹਿ ਗਈ ਭਾਈ ਮੇਰੇ ਇਹ 4 ਪੈਕੇਟ ਨੇ ਭਾਈ ਮੇਰੇ ਕਿਸੇ ਭਾਈ ਨੂੰ ਅੱਛੇ ਲੱਗਣ ਤਾਂ ਪਲੇ ਕਰਨੇ ਨੇ ਇਹ ਕੱਲਾ 36 ਦਾ ਅਕੜਾ ਇਨਸ਼ਾ ਅੱਲਾਹ ਪਾਕ ਨੇ ਚਾਇਆ ਤੇ 36 ਦਾ ਅਕੜਾ 라ਵਲ ਪਿੰਡੀ ਲਾ ਕੇ ਜਾਵੇਗੀ 9 ਦੀ ਜਮਾ ਓਪਨ ਕਲੀ ਚ ਲੱਗੇ ਤਾਂ ਕੱਲਾ 1 ਦਾ 3 ਦਾ ਭਾਈ ਮੇਰੇ ਇਨਸ਼ਾ ਅੱਲਾਹ ਦੇ ਕੋ ਨਾਲ ਓਪਨ ਲੱਗਣਾ ਹੈ ਕਲੀ ਦਾ ਕੱਲਾ 3 ਦਾ ਓਪਨ ਲੱਗਣਾ ਹੈ ਅਗਰ ਮੇਰੇ ਭਾਈਆਂ ਨੂੰ ਚਾਲ ਅੱਛੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰਨਾ ਸਾਡੀ ਨਵੀਂ ਵੀਡੀਓ ਆਉਣ ਵਾਲੀ ਤੁਹਾਡੇ ਭਾਈਆਂ ਤੱਕ ਪਹੁੰਚੇ ਤਗਲੀ ਵੀਡੀਓ ਤੱਕ ਭਾਈ ਮੇਰੇ ਇਜਾਜ਼ਤ ਦਿਓ ਅੱਲਾ ਹਾਫਿਜ਼